ਕੋਈ ਵਿਰਲਾ ਹੀ ਇਹੋ ਜਿਹਾ ਪਰਿਵਾਰ ਹੁੰਦਾ ਹੈ ਜਿਹਦੀਆਂ 3 ਪੀੜ੍ਹੀਆਂ ਸਮਾਜ ਸੇਵਾ 'ਚ ਜੁਟੀਆਂ ਹੋਣ। ਤੁਹਾਡਾ ਇੱਥੇ ਇੰਨੇ ਭਾਰੀ ਇਕੱਠ 'ਚ ਆਉਣਾ ਇਹ ਦਰਸਾਉਂਦਾ ਹੈ ਕਿ ਸੁਰਜੀਤ ਸਿੰਘ ਕੋਹਲੀ ਜੀ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਸੀਗੀ। ਜੁਗੋ ਜੁਗ ਅਟਲ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇਸ ਦੁੱਖ ਦੀ ਘੜੀ ਵਿੱਚ ਸਰਦਾਰ ਸੁਰਜੀਤ ਸਿੰਘ ਜੀ ਕੋਹਲੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ। ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ, ਪਰ ਮੈਨੂੰ ਲੱਗਦਾ ਜਿੰਨਾ ਤੁਹਾਡਾ ਸਾਥ ਹੈ ਉਹਦੇ ਨਾਲ ਸਾਰੇ ਦੁੱਖ ਘੱਟ ਜਾਂਦੇ ਨੇ। ਤੁਹਾਡਾ ਇੱਥੇ ਇੰਨੇ ਭਾਰੀ ਇਕੱਠ 'ਚ ਆਉਣਾ ਇਹ ਦਰਸਾਉਂਦਾ ਹੈ ਕਿ ਸੁਰਜੀਤ ਸਿੰਘ ਕੋਹਲੀ ਜੀ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਸੀਗੀ। ਕੋਈ ਵਿਰਲਾ ਹੀ ਇਹੋ ਜਿਹਾ ਪਰਿਵਾਰ ਹੁੰਦਾ ਜਿਹਦੀਆਂ 3 ਪੀੜ੍ਹੀਆਂ ਸਮਾਜ ਸੇਵਾ 'ਚ ਜੁਟੀਆਂ ਹੋਣ। 3 ਪੀੜ੍ਹੀਆਂ ਹੋ ਗਈਆਂ ਸਮਾਜ ਸੇਵਾ ਦੀ ਭਾਵਨਾ ਇਹਨਾਂ ਦੇ ਪਰਿਵਾਰ 'ਚ ਇਹੋ ਜਿਹੀ ਭਰੀ ਹੋਈ ਹੈ। ਜਦੋਂ ਮੈਂ ਅਜੀਤਪਾਲ ਸਿੰਘ ਜੀ ਕੋਹਲੀ ਨਾਲ ਵੀ ਗੱਲ ਕਰਦੀ ਹਾਂ, ਹਮੇਸ਼ਾ ਆਪਦੇ ਸ਼ਹਿਰ ਲਈ, ਆਪਦੇ ਲੋਕਾਂ ਲਈ ਭਲਾ ਹੀ ਸੋਚਦੇ ਨੇ ਕਿਵੇਂ ਆਪਦਾ ਸ਼ਹਿਰ ਦਾ ਵਿਕਾਸ ਕਰਾ ਸਕੀਏ। ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਹਾਂ ਕਿ ਜਿੰਨੀ ਵਾਰ ਵੀ ਮੈਂ ਸਰਦਾਰ ਸੁਰਜੀਤ ਸਿੰਘ ਕੋਹਲੀ ਜੀ ਨੂੰ ਮਿਲੀ ਹਾਂ, ਇੰਨੀ ਲੰਬੀ ਬਿਮਾਰੀ ਤੋਂ ਜੂਝ ਰਹੇ ਸੀ, ਇੰਨੇ ਸਰੀਰ 'ਤੇ ਕਸ਼ਟ ਆਏ, ਪਰ ਉਹਨਾਂ ਦਾ ਗੁਰੂ ਪ੍ਰਤੀ ਜਿਹੜਾ ਪਿਆਰ ਹੈ, ਗੁਰਬਾਣੀ ਨਾਲ ਜਿਹੜਾ ਪਿਆਰ ਹੈ, ਉਹ ਕਦੇ ਨਹੀਂ ਟੁੱਟਿਆ, ਉਹ ਦਿਨ ਬ ਦਿਨ ਵੱਧਦਾ ਹੀ ਗਿਆ। ਕੋਹਲੀ ਸਾਹਿਬ ਵੀ, ਅਜੀਤਪਾਲ ਸਿੰਘ ਕੋਹਲੀ ਮੇਰੇ ਵੱਡੇ ਵੀਰ, ਜਦੋਂ ਵੀ ਇਹਨਾਂ ਨਾਲ ਗੱਲ ਹੁੰਦੀ ਸੀ ਹਮੇਸ਼ਾ ਚਿੰਤਤ ਰਹਿੰਦੇ ਸੀ ਪਿਤਾ ਜੀ ਲਈ, ਅਤੇ ਹਮੇਸ਼ਾ ਉਹਨਾਂ ਦੀ ਸੇਵਾ ਵਿੱਚ ਜੁਟੇ ਰਹੇ ਨੇ। ਪਿਛਲੇ 1.5 ਸਾਲ ਤੋਂ ਅਸੀਂ ਦੇਖ ਰਹੇ ਹਾਂ ਵੀ ਇਹੋ ਜਿਹਾ ਅੱਜ ਦੇ ਸਮਾਜ 'ਚ ਪੁੱਤ ਹੋਣਾ ਕੋਈ ਕਰਮਾਂ ਵਾਲਿਆਂ ਦੇ ਕੋਲ ਹੀ ਹੁੰਦਾ ਇਹੋ ਜਿਹਾ, ਜਿੰਨੀ ਇਹਨਾਂ ਨੇ ਸੇਵਾ ਕੀਤੀ ਹੈ। ਸੋ ਅੱਜ ਇੱਥੇ ਭਾਰੀ ਇਕੱਠ 'ਚ ਸੰਤ ਸਮਾਜ ਵੀ ਪਹੁੰਚਿਆ, ਸਾਡੇ ਆਮ ਆਦਮੀ ਪਾਰਟੀ ਦੇ ਕੈਬਨਿਟ ਮਿਨਿਸਟਰਸ ਵੀ ਪਹੁੰਚੇ ਨੇ, MLA ਸਾਹਿਬ ਵੀ ਪਹੁੰਚੇ ਨੇ, ਚੇਅਰਮੈਨ ਸਾਹਿਬ ਵੀ ਪਹੁੰਚੇ ਨੇ, ਦਰਜਾ ਬਦਰਜਾ ਅਹੁਦੇਦਾਰ ਵੀ ਪਹੁੰਚੇ ਨੇ। ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਕੋਹਲੀ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ, ਅਸੀਂ ਹਮੇਸ਼ਾ ਇਹਨਾਂ ਦੇ ਦੁੱਖਾਂ ਸੁੱਖਾਂ 'ਚ ਖੜ੍ਹੇ ਰਹਾਂਗੇ, ਇਹਨਾਂ ਦੇ ਨਾਲ ਰਹਾਂਗੇ। ਮੈਂ ਧੰਨਵਾਦ ਕਰਦੀ ਹਾਂ ਸਾਰੀ ਸੰਗਤ ਜਿਹੜੀ ਇੱਥੇ ਪਹੁੰਚੀ, ਇੰਨੀ ਗਰਮੀ ਦੇ ਬਾਵਜੂਦ ਵੀ ਤੁਹਾਡਾ ਪਿਆਰ ਸੀ ਕੋਹਲੀ ਸਾਹਿਬ ਲਈ, ਤਾਂ ਹੀ ਤੁਸੀਂ ਚੱਲ ਕੇ ਆਏ ਹੋ, ਨਹੀਂ ਤਾਂ ਅੱਜ ਦੇ ਟਾਈਮ 'ਚ ਕਿਸੇ ਨੂੰ ਵਿਹਲ ਹੀ ਹੈ ਨਹੀਂ ਗੀ। ਸੋ ਅਸੀਂ ਮਾਨ ਸਰਕਾਰ ਵੱਲੋਂ ਵੀ ਅਤੇ ਮਾਨ ਪਰਿਵਾਰ ਵੱਲੋਂ ਵੀ ਸਰਦਾਰ ਸੁਰਜੀਤ ਸਿੰਘ ਕੋਹਲੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਜ਼ ਬਖਸ਼ਣ, ਅਤੇ ਪਰਿਵਾਰ ਨੂੰ, ਸਮਾਜ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਇੰਨੀਆਂ ਕੁ ਅੱਜ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।